بسم اللہ الرحمن الرحیم السلام علیکم ویلکم ڈیزائن بائی شیلاز اج میں تھانوں بہت ہی خوبصورت کلیاں والی فراک دی کٹنگ سکھاؤں گی انشاءاللہ بالکل نیو سٹائل نال اسی کلی کٹنگ کران گے کپڑا لیا وا تقریباً میں آہا سوا دو میٹر اور ادھے چوں ہن اسی پٹیاں نکال رہے ہاں ایک پٹی اسی نکالی آ 8 انچ دی ਔਰ ਦੂਸਰੀ ਜਿਹੜੀ ਪੱਟੀ ਆ ਉਹ ਅਸੀਂ ਨਿਕਾਲ ਰਹੇ ਹਾਂ 9 ਇੰਚ ਦੀ ਜਿਹੜੀ 8 ਇੰਚ ਦੀ ਅਸੀਂ ਪੱਟੀ ਨਿਕਾਲੀ ਆ ਉਹ ਸਾਡਾ ਸੈਂਟਰ ਆ ਔਰ ਜਿਹੜੀ 9 ਇੰਚ ਦੀ ਅਸੀਂ ਪੱਟੀ ਨਿਕਾਲ ਰਹੇ ਹਾਂ ਇਹ ਸਾਡਾ ਸਾਈਡ ਵਾਲੀਆਂ ਕਲੀਆਂ ਵਾਂ ਕੱਪੜੇ ਨੂੰ ਮੈਂ ਫੋਰ ਫੋਲਡ ਕਰਕੇ ਸਿੱਧਾ ਸਿੱਧਾ ਕਟਿੰਗ ਕਰ ਰਹੀ ਹਾਂ ਔਰ ਦਰਮਿਆਨ 'ਚੋਂ ਇਹਨੂੰ ਅਸੀਂ ਅਲੱਗ ਕਰ ਦੇਵਾਂਗੇ ਆਹ ਸਾਡੀ ਸਾਈਡ ਵਾਲੀ ਕਲੀ ਹੋ ਗਈ 9 ਇੰਚ ਦੀ ਔਰ ਆਹ ਸਾਡਾ ਸੈਂਟਰ ਹੋ ਗਿਆ 8 ਇੰਚ ਦਾ ਹੁਣ ਜਿਹੜਾ ਸਾਡੇ ਕੋਲ ਫਾਲਤੂ ਕੱਪੜਾ ਬਚਦਾ ਵਾ ਉਹਨੂੰ ਅਸੀਂ ਤੈ ਇੱਦਾਂ ਹੀ ਲੱਗੀ ਹੋਈ ਨੂੰ ਅਸੀਂ ਇਹਦੀ ਕੰਨੀ ਉਤਾਰ ਦੇਵਾਂਗੇ ਕਿਉਂਕਿ ਕੰਨੀ 'ਚ ਹਮੇਸ਼ਾ ਬਲ ਝੋਲ ਵਗੈਰਾ ਆਉਂਦੇ ਨਾ ਇਸ ਲਈ ਹੁਣ ਕੱਪੜੇ ਨੂੰ ਅਸੀਂ ਸਿੱਧਾ ਰੱਖਦੇ ਹੋਏ ਫੋਰ ਫੋਲਡ ਕਰਕੇ ਅੱਜ ਮੈਂ ਤੁਹਾਨੂੰ ਬੜੇ ਹੀ ਜ਼ਬਰਦਸਤ ਅੰਦਾਜ਼ ਦੇ ਨਾਲ ਕਲੀ ਦੀ ਆਸਾਨ ਤਰੀਕੇ ਨਾਲ ਕਟਿੰਗ ਸਿਖਾਉਂਗੀ ਇਨਸ਼ਾਅੱਲਾ 2 ਇੰਚ ਅਸੀਂ ਉੱਪਰੋਂ ਲੈ ਲੈਣਾ ਵਾ ਔਰ 2 ਇੰਚ ਅਸੀਂ ਦੂਸਰੇ ਕੋਨੇ ਤੋਂ ਲੈ ਲੈਣਾ ਔਰ ਦੋਨਾਂ ਨੂੰ ਇੰਚੀ ਟੇਪ ਰੱਖਦੇ ਹੋਏ ਉਰੇ ਕਰਕੇ ਅਸੀਂ ਇਹਦੀ ਕਲੀ ਦੀ ਸ਼ੇਪ ਦੇ ਦੇਣੀ ਆ ਚੌਕ ਨਾਲ ਅਸੀਂ ਨਿਸ਼ਾਨ ਲਗਾ ਕੇ ਇੱਕ ਦੂਸਰੇ ਨੂੰ ਆਪਸ ਨਿਸ਼ਾਨਾਂ ਨੂੰ ਅਸੀਂ ਮਿਲਾ ਦੇਵਾਂਗੇ ਇਹ ਸਾਡੀਆਂ 8 ਕਲੀਆਂ ਕਟਿੰਗ ਹੋ ਜਾਣਗੀਆਂ ਹੁਣ ਜਿਹੜਾ ਜੁੜਿਆ ਹੋਇਆ ਹਿੱਸਾ ਵਾ ਅਸੀਂ ਕਲੀ ਕਟਿੰਗ ਕਰਨ ਤੋਂ ਪਹਿਲਾਂ ਉਸ ਕੱਪੜੇ ਨੂੰ ਅਲੱਗ ਕਰ ਲਵਾਂਗੇ ਤਾਂ ਕਿ ਜਿਹੜੀ ਅਸੀਂ ਕਲੀ ਕਟਿੰਗ ਕਰੀਏ ਉਹਦੇ ਵਿੱਚ ਸਾਨੂੰ ਮੁਸ਼ਕਿਲ ਪੇਸ਼ ਨਾ ਆਏ ਕੱਪੜੇ ਨੂੰ ਸਿੱਧਾ ਰੱਖਦੇ ਹੋਏ ਬਰਾਬਰ ਰੱਖਦੇ ਹੋਏ ਅਸੀਂ ਕਲੀ ਦੀ ਕਟਿੰਗ ਕਰ ਦੇਵਾਂਗੇ ਗਲਾ ਸ਼ਦੀਦ ਖਰਾਬ ਆ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਮਸਲਾ ਹੋ ਰਿਹਾ ਮੇਰੀ ਆਵਾਜ਼ ਦੇ ਵਿੱਚ ਅੱਛਾ ਜੀ ਹੁਣ ਅਸੀਂ ਜਿਹੜਾ ਫਾਲਤੂ ਕੱਪੜਾ ਵਾ ਆਹ ਅਸੀਂ ਕਲੀਆਂ ਦਾ ਕਟਿੰਗ ਕਰ ਦੇਵਾਂਗੇ ਹੁਣ ਅਸੀਂ ਕਲੀ ਨੂੰ ਸ਼ੇਪ ਦੇ ਦੇਵਾਂਗੇ ਕਲੀ ਦੀ ਸ਼ੇਪ ਦੇਣੀ ਨਿਹਾਇਤ ਹੀ ਆਸਾਨ ਆ ਅਸੀਂ 2 ਇੰਚ ਦਾ ਮਾਰਜਨ ਰੱਖਦੇ ਹੋਏ 2 ਇੰਚ ਦਾ ਮਾਰਜਨ ਰੱਖਦੇ ਹੋਏ ਅਸੀਂ ਬਿਲਕੁਲ ਸਿੱਧੀ ਸਿੱਧੀ ਜਿਹੜੀ ਲਾਈਨ ਹੈਗੀ ਆ ਉਹ ਅਸੀਂ 16 ਇੰਚ ਤੱਕ 2-2 ਇੰਚ ਦੇ ਹੀ ਨਿਸ਼ਾਨ ਲਗਾਉਂਦੇ ਜਾਵਾਂਗੇ 2 ਇੰਚ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਅਸੀਂ ਇਹਦੀ ਹਲਕੀ ਜਿਹੀ ਉਰੇਪ ਸ਼ੇਪ ਦੇ ਦੇਵਾਂਗੇ ਇਹਦੇ ਨਾਲ ਸਾਡੀ ਕਲੀ ਦੀ ਬੜੀ ਹੀ ਖੂਬਸੂਰਤ ਔਰ ਪਿਆਰੀ ਜਿਹੀ ਫਿਟਿੰਗ ਆਉਣ ਵਾਲੀ ਆ ਫਾਲਤੂ ਕੱਪੜਾ ਅਸੀਂ ਇਹਦਾ ਕਟਿੰਗ ਕਰ ਦੇਵਾਂਗੇ ਫਾਲਤੂ ਕੱਪੜਾ ਕਟਿੰਗ ਕਰਨ ਤੋਂ ਬਾਅਦ ਹਲਕੀ ਜਿਹੀ ਉਰੇਪ ਸਾਈਡ ਤੋਂ ਅਸੀਂ ਕਟਿੰਗ ਸ਼ੇਪ ਦੇ ਦੇਵਾਂਗੇ ਕਟਿੰਗ ਕਰਕੇ ਤਾਂ ਕਿ ਨੀਚੋਂ ਵੀ ਫਰੋਕ ਦੀ ਸ਼ੇਪ ਅੱਛੀ ਆਏ ਹੁਣ ਜਿਹੜੀ ਸਾਡੀ ਦੂਸਰੀ ਕਲੀ ਆ ਇਹਨੂੰ ਵੀ ਅਸੀਂ ਉੱਪਰ ਰੱਖ ਕੇ ਸੈੱਟ ਕਰਦੇ ਹੋਏ ਅਸੀਂ ਇਹਦੀ ਵੀ ਸ਼ੇਪ ਦੇ ਦੇਵਾਂਗੇ ਕਲੀਆਂ ਦੀ ਸ਼ੇਪ ਦੇਣ ਤੋਂ ਬਾਅਦ ਇਹਨਾਂ ਦੇ ਉੱਪਰ ਅਸੀਂ ਪਾਈਪਿੰਗ ਲਗਾਵਾਂਗੇ ਪਾਈਪਿੰਗ ਲਗਾਉਣ ਦੇ ਨਾਲ ਬਹੁਤ ਹੀ ਖੂਬਸੂਰਤ ਕਲੀ ਦੀ ਸ਼ੇਪ ਆਏਗੀ ਤਕਰੀਬਨ ਆਹ 12-13 ਸਾਲ ਦੀ ਬੱਚੀ ਦੀ ਫਰੋਕ ਤਿਆਰ ਹੋ ਰਹੀ ਆ
ਹੁਣ ਕਲੀਆਂ ਨੂੰ ਸੈੱਟ ਕਰਕੇ ਰੱਖਦੇ ਹੋਏ ਅਸੀਂ ਜਿਹੜਾ 8 ਇੰਚ ਦਾ ਕੱਪੜਾ ਲਿਆ ਸੀਗਾ ਉਹਨੂੰ ਅਸੀਂ ਸੈਂਟਰ ਪੈਨਲ ਆ ਉਹ ਸਾਡਾ ਉਹਨੂੰ ਅਸੀਂ ਸੈਂਟਰ ਦੇ ਵਿੱਚ ਡਬਲ ਫੋਲਡ ਕਰਕੇ ਰੱਖ ਦੇਵਾਂਗੇ। ਅੱਛੀ ਤਰ੍ਹਾਂ ਕੱਪੜੇ ਨੂੰ ਸਿੱਧਾ ਕਰਕੇ ਰੱਖਾਂਗੇ ਕਿਉਂਕਿ ਹੁਣ ਅਸੀਂ ਜਿਹੜਾ 9 ਇੰਚ ਦਾ ਕੱਪੜਾ ਲਿਆ ਸੀਗਾ ਉਹਨੂੰ ਅਸੀਂ 4 ਫੋਲਡ ਕਰਕੇ ਉਹਨੂੰ ਵੀ ਤਹਿ ਲਗਾ ਕੇ ਅਸੀਂ ਨਾਲ ਰੱਖ ਦੇਵਾਂਗੇ। ਹੁਣ ਸਾਡੀ ਫਰੋਕ ਦੀ ਸ਼ੇਪ ਨਿਕਲਣ ਵਾਲੀ ਆ, ਕੰਧੇ ਔਰ ਕਮਰ ਦੀ ਅਸੀਂ ਇਹਦੇ ਵਿੱਚ ਸ਼ੇਪ ਕੱਢਾਂਗੇ। 9 ਇੰਚ ਦਾ ਕੱਪੜਾ ਸੈੱਟ ਕਰਕੇ ਰੱਖਦੇ ਹੋਏ ਅੱਛੀ ਤਰ੍ਹਾਂ ਹੁਣ ਅਸੀਂ ਇਹਦੀ ਕੰਧੇ ਦੀ ਕਟਿੰਗ ਕਰ ਲਵਾਂਗੇ। ਕੰਧਾ ਅਸੀਂ 8 ਇੰਚ ਦਾ ਰੱਖਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਡੋਰੀ ਪਾਈਪਿੰਗ ਦੇਣੀ ਆ, ਇਸ ਵਜ੍ਹਾ ਤੋਂ ਅਸੀਂ ਕੰਧਾ ਥੋੜ੍ਹਾ ਜ਼ਿਆਦਾ ਬੜਾ ਹੀ ਰੱਖਾਂਗੇ ਕਿਉਂਕਿ ਇਹ ਸਿਲਾਈਆਂ ਦੇ ਵਿੱਚ ਕਲੀਆਂ ਜ਼ਿਆਦਾ ਜਾਣਗੀਆਂ। ਕਮਰ ਦੀ ਸ਼ੇਪ ਰੱਖਦੇ ਹੋਏ ਔਰ ਹਿਪ ਤੋਂ ਸ਼ੇਪ ਸਿੱਧੀ ਕਰਦੇ ਹੋਏ ਅਸੀਂ ਇਹਨੂੰ ਕਟਿੰਗ ਕਰ ਦੇਵਾਂਗੇ। ਕਲੀਆਂ ਦੇ ਵਿੱਚ ਫਰੋਕ ਦੀ ਸ਼ੇਪ ਬਹੁਤ ਹੀ ਖੂਬਸੂਰਤ ਲੱਗਦੀ ਔਰ ਦੇਖੋ ਦੇਣੀ ਸ਼ੇਪ ਨਿਹਾਇਤ ਹੀ ਆਸਾਨ ਆ। ਹੁਣ ਮੈਂ ਖੋਲ੍ਹ ਕੇ ਵੀ ਇਹਨਾਂ ਨੂੰ ਦਿਖਾਉਂਦੀ ਹਾਂ। ਆਹ ਦੇਖੋ ਮੈਂ ਕਲੀਆਂ ਖੋਲ੍ਹ ਕੇ ਦਿਖਾ ਦਿੱਤੀਆਂ ਵਾਂ, ਹੁਣ ਇਹਦੀ ਮੈਂ ਫਾਈਨਲ ਤਿਆਰ ਲੁੱਕ ਦਿਖਾਉਂਦੀ ਹਾਂ। ਤੁਸੀਂ ਮੈਨੂੰ ਬਹੁਤ ਜ਼ਿਆਦਾ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਮੇਰਾ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਅੱਲਾ ਹਾਫਿਜ਼।